ਜਲੰਧਰ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਹੋਰ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਭਾਰੀ ਬਹੁਮਤ ਦੇ ਨਾਲ ਜਿਹੜਾ ਹੈ ਜਿੱਤ ਹਾਸਲ ਕੀਤੀ ਹੈ। ਕਿਸੇ ਸਭ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਕਿਵੇਂ ਦੇਖਦੇ ਹੋ ਇਸ ਜਿੱਤ ਨੂੰ? ਪੂਰੀ ਕੈਬਨਿਟ ਇੱਥੇ ਪਹੁੰਚੀ ਹੋਈ ਸੀ, ਉਹਦਾ ਮੁੱਲ ਮੁੜ ਗਿਆ? ਇਹ ਜਲੰਧਰ ਵਾਲਿਆਂ ਦਾ, ਜਲੰਧਰ ਵਾਲਿਆਂ ਦੀ ਦੇਣ ਆ ਜੀ। ਠੀਕ ਹੈ ਜੀ, ਉਹਨਾਂ ਨੇ ਲੋਕਾਂ ਨੇ ਸਾਡੇ 'ਤੇ ਮਾਣ ਸਤਿਕਾਰ ਪਿਆਰ ਔਰ ਵਿਸ਼ਵਾਸ ਜਿਹੜਾ 14-15 ਮਹੀਨਿਆਂ ਦੇ ਵਿੱਚ ਅਸੀਂ ਕੰਮ ਕੀਤੇ ਨੇ ਉਹਦਾ ਰਿਪੋਰਟ ਕਰ ਦਿੱਤਾ ਉਹਨਾਂ ਨੇ ਸਾਨੂੰ। ਕਾਂਗਰਸ ਦਾ ਗੜ ਕਿਹਾ ਜਾਂਦਾ ਸੀ ਜਲੰਧਰ ਨੂੰ, ਤੇ ਉੱਥੇ ਝਾੜੂ ਨੇ ਪੁੰਜਾ ਹੁੰਜਾ ਫੇਰਤਾ। ਮੈਂ ਦੱਸਣਾ ਚਾਹੁੰਦਾ, ਗੱਲਾਂ ਨਾ ਢਿੱਡ ਨਹੀਂ ਭਰਦੇ, ਕੰਮ ਨਾ ਲੋਕ ਪਿਆਰ ਕਰਦੇ ਨੇ। ਇਹ 14-15 ਮਹੀਨਿਆਂ ਦੀ ਰਿਪੋਰਟ ਕਾਰਡ ਆ, ਲੋਕਾਂ ਨੇ ਫਤਵਾ ਦਿੱਤਾ ਔਰ ਮੈਂ ਸਲੂਟ ਕਰਦਾ ਜੀ। ਉਹਨਾਂ ਨੇ ਸਾਨੂੰ ਮਾਣ ਬਖਸ਼ਿਆ, ਅਸੀਂ ਇਹ ਜਗ੍ਹਾ ਤੋਂ ਜਿੱਤ ਕੇ, ਸਾਨੂੰ ਉਹ ਕਹਿੰਦੇ ਹੁੰਦੇ ਨਾ ਬੂਸਟ ਮਿਲਿਆ, ਹੁਣ ਆਪਾਂ ਪੰਜਾਬ ਦੇ ਵਿੱਚ ਔਰ ਦੇਸ਼ ਮੈਂ ਕਹਿ ਸਕਦਾ ਬਾਕੀ ਸਟੇਟਾਂ ਦੇ ਵਿੱਚ ਵੀ ਵਧੀਆ ਢੰਗ ਨਾਲ ਕੰਮ ਕਰਾਂਗੇ। ਪਹਿਲੇ 3 ਮਹੀਨਿਆਂ ਦਾ ਰਿਪੋਰਟ ਕਾਰਡ ਲੱਗਦਾ ਸੀ ਖਾਲੀ ਸੀ, ਤਾਂ ਸੰਗਰੂਰ ਵਾਲਿਆਂ ਨੇ ਨਹੀਂ ਫਤਵਾ ਜਾਰੀ ਕੀਤਾ। ਦੇਖੋ ਜੀ, ਇੱਕ ਘਰ ਦੀ ਨੀਂਹ ਰੱਖੀ ਹੋਵੇ ਨਾ, ਉਹਨੂੰ ਵੀ ਬਣਨ ਲੱਗਿਆ 2 ਸਾਲ ਲੱਗਦੇ। ਸਾਨੂੰ ਤਾਂ 2 ਮਹੀਨਿਆਂ ਦੇ ਵਿੱਚ ਆਫਿਸਰਾਂ ਦਾ ਨਹੀਂ ਪਤਾ ਕਿਹੜੇ ਕਿੱਥੇ ਜੋਬ ਕਰ ਰਹੇ ਨੇ, ਕਿਹਨਾਂ ਦੀ ਕੀ ਡਿਊਟੀ ਬਣਦੀ ਹੈ, ਕਿੱਥੇ ਕੰਮ ਕਰ ਰਹੇ ਨੇ। ਨਵੇਂ ਨਵੇਂ ਆਏ ਹਾਂ, ਯਕਦਮ ਸੰਗਰੂਰ ਦੀ ਇਲੈਕਸ਼ਨ ਆ ਗਈ। 3 ਮਹੀਨਿਆਂ ਦੇ ਵਿੱਚ ਮੈਨੂੰ ਇਹ ਦੱਸੋ, 75 ਸਾਲਾਂ ਦੇ ਵਿੱਚ ਇੰਨੀ ਤਗੜੀ ਰਾਜਨੀਤੀ ਇੰਨੇ ਲੋਕਾਂ ਨੇ, ਬੀਜੇਪੀ, ਅਕਾਲੀ, ਕਾਂਗਰਸੀ ਸਾਰਿਆਂ ਨੇ ਕੀਤੀ, ਅਖੀਰਲੇ ਸਾਲ ਜਾ ਕੇ ਕੰਮ ਕਰਦੇ। ਸਾਨੂੰ ਤਾਂ ਐਂ ਨੂੰ 3 ਮਹੀਨੇ ਹੋਏ ਸੀ, ਠੀਕ ਹੈ ਨਾ, ਆਪਾਂ 3 ਮਹੀਨੇ 'ਚ ਕੀ ਕਰ ਸਕਦੇ ਹਾਂ? ਸੋ ਕਹਿਣ ਦਾ ਭਾਵ ਆ, ਹੁਣ ਵੇਖੋ ਲੋਕਾਂ ਨੇ ਜਿੱਤ ਦਿੱਤੀ, ਬਿਜਲੀ ਦੇ ਬਿੱਲ 0 ਆ ਰਹੇ ਨੇ, ਜਿਹੜੀਆਂ ਨੌਕਰੀਆਂ ਨਿਕਲ ਰਹੀਆਂ ਨੇ, ਠੀਕ ਆ, ਔਰ ਵਧੀਆ ਪੰਜਾਬ ਨੂੰ ਸਰਵਾਈਵ ਕੀਤਾ ਜਾ ਰਿਹਾ ਵਾ। ਜਿਹੜੇ ਜਿਹੜੇ ਕੀਤੇ ਵਾਅਦੇ ਸੀ ਆ, ਸ਼ਹੀਦਾਂ ਦੇ ਮਾਨ ਸਨਮਾਨ ਲਈ 1 ਕਰੋੜ ਦੀ ਰਾਸ਼ੀ, ਕਿਸਾਨਾਂ ਦੇ ਅੱਗੇ ਮੈਂ ਦੇਖਦਾ ਹਾਂ ਗੰਨਿਆਂ ਦੀ ਪੇਮੈਂਟ ਜਿਹੜੀ ਹਮੇਸ਼ਾ ਧਰਨਿਆਂ ਤੋਂ ਬਿਨਾਂ ਨਹੀਂ ਮਿਲਦੀ, ਉਤਨਾ ਮਿਲਣ ਰਹਿ ਪਈ। ਸੋ ਕਹਿਣ ਦਾ ਭਾਵ ਹੁਣ ਲੋਕ ਕੰਮ ਪਸੰਦ ਕਰਦੇ, ਗੱਲਾਂ ਪਸੰਦ ਨਹੀਂ ਕਰਦੇ। ਜਲੰਧਰ ਵਾਲਿਆਂ ਨੇ ਇੱਕ ਮੈਸੇਜ ਦੇ ਦਿੱਤਾ ਵੀ ਕੰਮ ਕਰੋ। ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਗਏ ਕਿ MLA ਇੱਥੇ ਚੋਣਾਂ ਦੇ ਸਮੇਂ ਜਦੋਂ ਵੋਟਿੰਗ ਹੋ ਰਹੀ ਸੀ ਇੱਥੇ ਘੁੰਮ ਰਹੇ ਸੀ, FIR ਵੀ ਦਰਜ ਹੋਈਆਂ ਤੁਹਾਡੇ ਕਈ MLA ਤੇ। ਦੇਖੋ ਮੈਂ ਦੱਸਣਾ ਚਾਹੁੰਦਾ, ਮੈਨੂੰ ਇਹਦੇ ਬਾਰੇ ਇੰਨੀ ਨੌਲੇਜ ਨਹੀਂ, ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਵੋਟਿੰਗ ਦੌਰਾਨ ਮੈਂ ਨਹੀਂ ਕਹਿ ਸਕਦਾ, ਹਾਂ ਬਾਕੀ ਪਹਿਲਾਂ ਤਾਂ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ, ਸਾਡੀਆਂ ਵੀ ਲੱਗੀਆਂ, ਆਪਾਂ ਵੀ ਕੰਮ ਕੀਤਾ। ਕਿ ਕਾਂਗਰਸੀਆਂ ਦੇ ਬੰਦੇ ਨਹੀਂ ਆਏ ਇੱਥੇ? ਕਿ ਅਕਾਲੀ ਦਲ ਦੇ ਬੰਦੇ ਨਹੀਂ ਆਏ? ਕਿ BJP ਦੇ ਸਾਰੀ ਲੀਡਰਸ਼ਿਪ ਨਹੀਂ ਆਈ ਇੱਥੇ? ਪ੍ਰਚਾਰ ਕਰਦੇ ਹੀ ਹੈ ਪ੍ਰਚਾਰ ਕਰਨਾ ਹੀ ਹੈ। ਬੜਾ ਰੋਲਾ ਪਿਆ ਕਿ ਬੀ ਲੈਣ ਆਏ ਸੀਗੇ, ਹੁਣ ਅੱਗੋਂ ਵੇਖੀ ਨਵੀਂ ਇੱਕ ਟਵੀਟ ਚੱਲਣ ਦੀ, ਕਹਿੰਦੇ ਬੀ ਲੈਣ ਨਹੀਂ ਸੀ ਆਏ, ਬੀਜਣ ਆਏ ਸਨ। ਗੱਲ ਸਮਝੇ ਕਿ ਨਹੀਂ? ਤੁਹਾਡੇ ਸਾਹਮਣੇ ਹੀ ਆ ਉਹ ਪਹਿਲਾਂ ਜਿਹੜੇ ਨਾ ਉਹ ਵਿਰੋਧੀ ਜਿਹੜੇ, ਬੜਾ ਬੀ ਦਾ ਰੋਲਾ ਪਿਆ, ਬੜਾ ਬੀ ਦਾ। ਮੈਂ ਹੁਣ ਇਹ ਸੋਸ਼ਲ ਮੀਡੀਆ ਚੈੱਕ ਕਰਨ ਦਿਆਂ, ਹੁਣ ਨਵਾਂ ਸਰਵੇ ਚੱਲ, ਉਹੋ ਜਿਹੜੇ ਟੀਚਰਾਂ ਕਰਦੇ ਉਹੋ ਹੀ ਹੁਣ ਆਪ ਹੀ ਪੋਸਟਾਂ ਪਾਉਣ ਡਿਆ ਵੀ ਨਹੀਂ ਬੀ ਲੈਣ ਨਹੀਂ ਆਏ ਜੀ, ਇਹ ਬੀਜਣ ਆਏ। ਸੋ ਕਹਿਣ ਦਾ ਪਾਵੇ ਸੋਸ਼ਲ ਮੀਡੀਆ ਵਾ, ਇਹਦਾ ਕੋਈ ਪਤਾ ਨਹੀਂ। ਠੀਕ ਹੈ ਜੀ, ਬਿਲਕੁਲ। ਸ਼ਹਿਰੀ ਕਲਸੀ MLA ਸਾਡੇ ਨਾਲ ਸੀ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਬੀ ਦਾ ਖਾਸ ਕਰਕੇ ਰੌਲਾ ਪਿਆ ਸੀ, ਕਹਿੰਦੇ ਅੱਜ ਬੀ ਬੀਜਿਆ ਗਿਆ ਹੈ, ਲੈਣ ਨਹੀਂ ਆਏ ਸੀ ਬਲਕਿ ਬੀਜਣ ਆਏ ਸੀ, ਜਿਹੜਾ ਬੂਟਾ ਜਿਹੜਾ ਹੁਣ ਲੱਗ ਗਿਆ ਹੋਇਆ ਹੈ। ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਸ਼ਾਲੂ ਮਰੋ, ਜਲੰਧਰ।